ਜ਼ਰੂਰਤ 64 ਕਰਮਚਾਰੀਆਂ ਦੀ ਪਰ ਕੰਮ ਚਲਾਉਂਦੇ ਨੇ ਸਿਰਫ 13 ਕਰਮਚਾਰੀ। ਜੀ ਹਾਂ, ਸ਼ਹਿਰ ਫਰੀਦਕੋਟ ਦਾ ਇਹ ਫਾਇਰ ਬ੍ਰਿਗੇਡ ਵਿਭਾਗ ਹੈ। ਜੇਕਰ ਸ਼ਹਿਰ ਵਿੱਚ ਇੱਕੋ ਹੀ ਸਮੇਂ ਤੇ ਜ਼ਿਆਦਾ ਘਟਨਾਵਾਂ ਵਾਪਰ ਜਾਣ ਤਾਂ ਵਿਭਾਗ ਨੂੰ ਬਾਹਰ ਤੋਂ ਕਰਮਚਾਰੀ ਮੰਗਵਾਉਣੇ ਪੈਂਦੇ ਨੇ। ਉੱਥੇ ਵਿਭਾਗ ਦੀ ਇਮਾਰਤ ਵੀ ਖਸਤਾ ਹੋ ਚੁੱਕੀ ਹੈ ਤੇ ਮੀਂਹ ਵਾਲੇ ਦਿਨਾਂ ਦੇ ਵਿੱਚ ਛੱਤਾਂ ਤੋਂ ਪਾਣੀ ਚੋਂਦਾ ਹੈ। ਵਿਭਾਗ ਵਿੱਚ ਅਜਿਹੇ ਵੀ ਕਈ ਕਰਮਚਾਰੀ ਹਨ ਜੋ ਕਿ ਰੋਜ਼ਾਨਾ 100 ਕਿਲੋਮੀਟਰ ਤੋਂ ਉੱਤੇ ਦਾ ਸਫ਼ਰ ਤੈਅ ਕਰਕੇ 300 ਰੁਪਏ ਖਰਚ ਕਰਕੇ ਡਿਊਟੀ ਦੇ ਉੱਤੇ ਆਉਂਦੇ ਨੇ, ਜਦਕਿ ਉਹਨਾਂ ਨੂੰ ਮਾਸਿਕ ਤਨਖਾਹ ਸਿਰਫ 9200 ਰੁਪਏ ਮਿਲਦੀ ਹੈ। ਦੱਸਣਯੋਗ ਹੈ ਕਿ ਫਰੀਦਕੋਟ ਸ਼ਹਿਰ ਦੇ ਵਿੱਚ ਅਕਤੂਬਰ 2014 'ਚ ਫਾਇਰ ਬ੍ਰਿਗੇਡ ਵਿਭਾਗ ਦਾ ਦਫ਼ਤਰ ਸਥਾਪਿਤ ਹੋਇਆ ਸੀ ਅਤੇ ਉਦੋਂ ਤੋਂ ਹੀ ਵਿਭਾਗ ਸਟਾਫ ਅਤੇ ਸਹੂਲਤਾਂ ਦੀ ਕਮੀ ਦੇ ਨਾਲ ਜੂਝ ਰਿਹਾ। ਮੌਜੂਦਾ ਦੌਰ ਦੇ ਵਿੱਚ ਦਫ਼ਤਰ ਵਿੱਚ ਕੁੱਲ 2 ਵੱਡੀਆਂ ਅਤੇ 1 ਛੋਟੀ ਗੱਡੀ ਹੈ, ਪਰ ਫਾਇਰ ਅਫਸਰ ਸਮੇਤ ਕੁੱਲ 13 ਕਰਮੀ ਤੈਨਾਤ ਹਨ, ਜਦਕਿ 3 ਸ਼ਿਫਟਾਂ ਦੇ ਵਿੱਚ 64 ਤੋਂ ਵੱਧ ਕਰਮੀਆਂ ਦੀ ਲੋੜ ਹੈ। ਉੱਥੇ ਜੇ ਗੱਲ ਕਰੀਏ ਫਾਇਰਮੈਨ ਦੀ ਤਾਂ ਉਸ ਦੇ ਲਈ ਵੀ ਕਈ ਸਹੂਲਤਾਂ ਦੀ ਕਮੀ ਹੈ। ਉਹਨਾਂ ਦੇ ਕੋਲ ਨਾ ਤਾਂ ਫਾਇਰ ਸੂਟ ਨੇ, ਨਾ ਹੀ ਫਾਇਰ ਬੂਟ ਅਤੇ ਨਾ ਹੀ ਫਾਇਰ ਹੈਲਮਟ। ਦੱਸ ਦਈਏ ਕਿ ਸਰਕਾਰ ਦੇ ਵੱਲੋਂ ਫਾਇਰ ਕਰਮੀ ਦਾ ਦੁਰਘਟਨਾ ਬੀਮਾ ਵੀ ਨਹੀਂ ਕੀਤਾ ਜਾਂਦਾ। ਸਭ ਤੋਂ ਮੇਨ ਵੱਡੀ ਜਿਹੜੀ ਸਾਡੀ ਇੱਥੇ ਪ੍ਰੋਬਲਮ ਮੇਨ ਆ ਰਹੀ ਹੈ ਉਹ ਸਟਾਫ ਤੋਂ ਲੈ ਕੇ ਆ ਰਹੀ ਹੈ। ਮੇਰੀ ਕਾਫੀ ਵਾਰ ਈਓ ਸਾਹਿਬ ਔਰ ਪ੍ਰਧਾਨ ਜੀ ਨਾਲ ਵੀ ਗੱਲ ਹੋਈ, ਕਿਉਂਕਿ ਜਦੋਂ ਕਣਕ ਦਾ ਸੀਜ਼ਨ ਹੁੰਦਾ ਹੈ ਜਾਂ ਕੋਈ ਕਈ ਵਾਰੀ ਸੇਮ ਟਾਈਮ 'ਤੇ ਸਾਨੂੰ ਦੋਨੋਂ ਤਿੰਨੋਂ ਫਾਇਰ ਟੈਂਡਰ ਕੱਢਣੇ ਪੈਂਦੇ ਹੈ, ਉਸ ਟਾਈਮ ਸਾਨੂੰ ਸਟਾਫ ਦੀ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟਾਫ ਸਾਡੇ ਕੋਲ ਬਹੁਤ ਜ਼ਿਆਦਾ ਕਮੀ ਹੈ। ਲੇਕਿਨ ਪਿੱਛੇ ਇੱਕ ਮਹੀਨੇ ਪਹਿਲਾਂ ਸਾਡੇ ਫਰੀਦਕੋਟ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਮੰਥਲੀ, ਉਹਦੇ ਵਿੱਚ ਅਸੀਂ ਘੱਟ ਤੋਂ ਘੱਟ ਸਟਾਫ 4 ਡਰਾਈਵਰ ਅਤੇ 10 ਫਾਇਰਮੈਨ ਦਾ ਹੋਰ ਪਾ ਕੇ ਭੇਜਿਆ ਹੈ। ਉਮੀਦ ਹੈ ਵੀ ਹੈੱਡਕੁਆਰਟਰ ਚੰਡੀਗੜ੍ਹ ਤੋਂ ਜਲਦੀ ਪਾਸ ਹੋ ਕੇ ਆਜੂਗਾ ਔਰ ਉਹਦਾ ਜੋ ਵੀ ਪ੍ਰੋਸੀਜਰ ਹੋਵੇਗਾ ਅਸੀਂ ਸਟਾਫ ਪੂਰੀ ਕਰਾਂਗੇ। ਦੂਸਰਾ ਜਿਹੜਾ ਮੇਨ ਹੈ ਉਹ ਸਾਡੀ ਬਿਲਡਿੰਗ ਨੂੰ ਲੈ ਕੇ ਹੈ। ਬਿਲਡਿੰਗ ਦਾ ਬਹੁਤ ਬੁਰਾ ਹਾਲ ਹੈ, ਉਹਦੇ ਬਾਰੇ ਵੀ ਕਈ ਵਾਰੀ ਮੇਰੇ ਪ੍ਰਧਾਨ ਜੀ ਨਾਲ ਈਓ ਨਾਲ ਵੀ ਗੱਲ ਹੋਈ, ਪਰ ਉਹ ਵੀ ਇਸ ਦੇ ਬਾਰੇ ਵੀ ਦੱਸ ਰਹੇ ਨੇ ਕਿ ਪ੍ਰਪੋਜ਼ਲ ਚੱਲ ਰਹੀ ਹੈ ਔਰ ਜਲਦੀ ਹੀ ਕੋਈ ਹੋਰ ਜਗ੍ਹਾ ਲੈ ਕੇ ਉਹਨਾਂ ਨੇ ਬਿਲਡਿੰਗ ਬਣਾਉਣੀ ਹੈ। ਈਓ ਸਾਹਿਬ ਨੇ ਮੈਨੂੰ ਦੱਸਿਆ ਹੈ ਬਹੁਤ ਜਲਦੀ ਬਿਲਡਿੰਗ ਬਣੇ ਜੀ। ਔਰ ਤੀਸਰਾ ਜਿਹੜਾ ਮੇਨ ਸਾਨੂੰ ਪ੍ਰੋਬਲਮ ਆ ਰਹੀ ਉਹ ਹਾਈਡੈਂਟ ਨੂੰ ਲੈ ਕੇ ਹੈ। ਜਦੋਂ ਅਸੀਂ ਗੱਡੀਆਂ ਪਾਣੀ ਭਰਦੇ ਹਾਂ, ਸਾਡੇ ਕੋਲ ਇੱਥੇ ਫਰੀਦਕੋਟ ਗਊਸ਼ਾਲਾ ਪੰਚਵਟੀ 'ਚ ਇੱਕੋ ਹੀ ਹਾਈਡੈਂਟ ਹੈ, ਉੱਥੇ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਔਰ ਕਈ ਵਾਰੀ ਤਾਂ ਲਾਈਟ ਚਲੀ ਜਾਂਦੀ, ਸਾਨੂੰ ਕੋਟਕਪੂਰੇ ਤੋਂ ਫਾਇਰ ਟੈਂਡਰ ਪਾਣੀ ਦਾ ਭਰ ਕੇ ਲਿਆਉਣਾ ਪੈਂਦਾ। ਜਿੱਥੋਂ ਤੱਕ ਗੱਲ ਕਰੀਏ ਪੂਰੀ ਸੇਫਟੀ, ਜਿਸ ਤਰ੍ਹਾਂ ਆਪਣੇ ਦਿੱਲੀ ਸ਼ਹਿਰ ਲੈ ਲਈ, ਚੰਡੀਗੜ੍ਹ ਲੈ ਲਈ, ਉਸ ਤਰ੍ਹਾਂ ਤਾਂ ਸਾਡੇ ਕੋਲ ਨਹੀਂ ਹੈ। ਵਰਦੀਆਂ ਦੀ ਗੱਲ ਹੈ, ਵਰਦੀਆਂ ਵੀ ਸਾਡਾ ਮਤਾ ਪਾਸ ਹੋ ਚੁੱਕਿਆ, ਵਰਦੀਆਂ ਵੀ ਸਾਨੂੰ ਜਲਦੀ ਮਿਲ ਜਾਣਗੀਆਂ। ਬਾਕੀ ਕਈ ਹੈ ਦੇ ਵਿੱਚ ਕਮੀਆਂ ਹੈਗੀਆਂ ਨੇ, ਸਰਕਾਰ ਨੂੰ ਟਾਈਮ ਟਾਈਮ ਸਿਰ ਅਸੀਂ ਲਿਖ ਕੇ ਵੀ ਦਿੰਦੇ ਹਾਂ ਅਤੇ ਉਹ ਤਾਂ ਜਦੋਂ ਆਉਣਗੇ ਉਦੋਂ ਹੀ ਆਉਣਗੇ। ਲੇਕਿਨ ਮੇਨ ਸਾਡੇ ਜਿਹੜੇ ਸਟਾਫ ਹੈ ਉਹ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ, ਜੋ ਵੀ ਫਾਇਰ ਹੁੰਦੀ ਹੈ ਉੱਥੇ ਪੂਰਾ ਆਪਦਾ ਤਨ ਮਨ ਨਾਲ ਪੂਰੀ ਤਰ੍ਹਾਂ ਕੰਟਰੋਲ ਕਰਕੇ ਆਉਂਦੇ ਆ। ਕਦੇ ਵੀ ਅੱਜ ਤੱਕ ਇਸ ਚੀਜ਼ ਦੀ ਸਾਨੂੰ ਸ਼ਿਕਾਇਤ ਨਹੀਂ ਆਈ ਵੀ ਸਾਡੇ ਫਾਇਰ ਸਟਾਫ ਨੇ ਕੋਈ ਅਣਗਹਿਲੀ ਕੀਤੀ ਹੋਵੇ। ਫਾਇਰ ਸਟਾਫ ਪੂਰਾ ਆਪਦੀ ਵੱਲੋਂ ਕੋਸ਼ਿਸ਼ ਕਰਕੇ ਫਾਇਰ ਕੰਟਰੋਲ ਕਰਦੇ। ਦੇਖੋ, ਜਿਹੜਾ ਫਰੀਦਕੋਟ ਸਿਟੀ ਦੇ ਵਿੱਚ ਜਿਹੜਾ ਫਾਇਰ ਬ੍ਰਿਗੇਡ ਹੈ ਨਾ, ਇਹ 5 ਸਾਲ ਪਹਿਲਾਂ ਉਰੇ ਅਸਟੈਬਲਿਸ਼ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਵਾਸਤੇ ਅਸੀਂ ਆਲਰੇਡੀ ਇਹਨਾਂ ਵਾਸਤੇ ਬਿਲਡਿੰਗ ਹੈ ਜਾਂ ਸ਼ੈੱਡ ਹੈ, ਉਹਦੇ ਵਾਸਤੇ ਅਸੀਂ ਪ੍ਰੋਸੈਸ ਇਨ ਪ੍ਰੋਸੈਸ ਹੈ ਸਾਡਾ ਸਾਰਾ ਪ੍ਰੋਸੀਜਰ। ਰੇਲਵੇ ਸਟੇਸ਼ਨ ਦੇ ਨੇੜੇ ਅਸੀਂ ਜਿੱਥੇ ਨਾਈਟ ਸ਼ੈਲਟਰ ਹੈਗਾ ਉਹਦੇ ਨਾਲ ਅਸੀਂ ਇਹਨਾਂ ਵਾਸਤੇ ਸ਼ੈੱਡ ਵਗੈਰਾ ਸਾਰਾ ਐਸਟੀਮੇਟ ਵਗੈਰਾ ਥਰੂ ਹੋ ਚੁੱਕਿਆ ਸਾਰਾ, ਜਲਦੀ ਉਹਦਾ ਟੈਂਡਰ ਲਗਾ ਕੇ ਇਹਨਾਂ ਕੰਮ ਯਾਨੀ ਕਿ ਸ਼ੁਰੂ। ਸਰ, ਗੱਲ ਇਹ ਹੈ ਇਹਨਾਂ ਨੇ ਮੈਨੂੰ ਕੁਛ ਮਿਨੀਮਮ ਰਿਕੁਆਇਰਮੈਂਟ ਲਿਖ ਕੇ ਦਿੱਤੀ ਸੀ ਪਿਛਲੇ ਦੋ ਕੁ ਮਹੀਨੇ ਹੋ ਗਏ, ਅਤੇ ਅਸੀਂ ਉਹ ਬੰਦੇ ਆਊਟਸੋਰਸ ਰਾਹੀਂ ਸਪਲਾਈ ਲੈਣ ਵਾਸਤੇ ਐਸਟੀਮੇਟ ਲਾ ਕੇ ਮੀਟਿੰਗ ਦੇ ਵਿੱਚ ਪਾਸ ਕਰਤਾ ਸੀ ਅਤੇ ਉਹ ਰੈਜੋਲਿਊਸ਼ਨ ਅੰਡਰ ਕੰਸਿਡਰੇਸ਼ਨ ਹੈ ਗੌਰਮੈਂਟ ਦੇ। ਵੈਸੇ ਮੇਰੀ ਜਾਣਕਾਰੀ ਮੁਤਾਬਿਕ ਜਿਹੜੇ ਫਾਇਰਮੈਨ ਹੈ ਇਹਨਾਂ ਦੀਆਂ ਸਰਵਿਸਿਜ਼ ਵੀ ਪ੍ਰੋਵਿੰਸ਼ਲਾਈਜ਼ਡ ਹੋ ਚੁੱਕੀਆਂ, ਗੌਰਮੈਂਟ ਨੇ ਹੀ ਰੱਖਣੇ, ਗੌਰਮੈਂਟ ਨੇ ਰੱਖ ਕੇ ਹੀ ਸਾਡੇ ਕੋਲ ਭੇਜਣੇ ਨੇ। ਤਾਂ ਬਾਕੀ ਜੇ ਜਿੰਨੀ ਵੀ ਲੋੜ ਹੈਗੀ ਅਸੀਂ ਰੈਗੂਲਰ ਭਰਤੀ ਵਾਸਤੇ ਸਰਕਾਰ ਨੂੰ ਲਿਖ ਦਿੰਦੇ ਹਾਂ, ਐਜ਼ ਐਂਡ ਵੈਨ ਜਦੋਂ ਅਪੁਆਇੰਟ ਹੋਣਗੇ ਜਦੋਂ ਸਰਕਾਰ ਲਗਾ ਦੇਗੀ, ਜੇ ਸਾਡਾ ਰੈਜੋਲਿਊਸ਼ਨ ਥਰੂ ਹੋ ਗਿਆ ਤਾਂ ਅਸੀਂ ਉਹਨੇ ਮਿਨੀਮਮ ਰਿਕੁਆਇਰਮੈਂਟ ਜਿੰਨੀ ਹੈਗੀ ਕੰਮ ਚਲਾਉਣ ਵਾਸਤੇ ਰੱਖ ਲਾਂਗੇ। ਜਗਤਾਰ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।